ਫੋਟੋ ਪਾ ਦਿੰਨੇ ਅਸੀਂ ਸਿੱਧੂ ਮੂਸੇ ਵਾਲਾ ਇਹ ਵਰਨਾਮ ਭੁੱਲਰ ਬੀ ਐਮੀ ਵਿਰਕ ਸੀ ਤੇ ਕਰਨ ਔਜਲਾ ਡੀ ਜੇ ਤੁਸੀਂ ਕਿਸੇ ਇੱਕ ਬੰਦੇ ਦੇ ਫੈਨ ਹੋ ਉਹਦੇ ਕਰਕੇ ਦੂਜੇ ਨੂੰ ਗਾਲਾਂ ਨਾ ਕੱਢੋ ਗਾਣਾ ਪਏ ਮਿੰਟ ਨਹੀਂ ਹੁੰਦਾ ਉੱਤੇ 1,000, 2,000, 5,000 ਡਿਸਲਾਈਕ ਐਂ ਆ ਜਾਂਦਾ ਕਿਉਂ ਗਾਣਾ ਸੁਣਿਆ ਵੀ ਨਹੀਂ ਤੁਸੀਂ ਤੇ ਮਤਲਬ ਡਿਸਲਾਈਕ ਕਰਨ ਦੀ ਤੁਹਾਨੂੰ ਗਾਲੀ ਰਹਿੰਦੀ ਕਿਸੇ ਦੀ ਕਾਲ ਤੇ ਜਾ ਕੇ ਕਿਸੇ ਨੂੰ ਕਹਿਣਾ ਵੀ ਆਹ ਫਲਾਣਾ ਜ਼ਿੰਦਾਬਾਦ ਆਹ ਫਲਾਣਾ ਜ਼ਿੰਦਾਬਾਦ ਹਥਿਆਰ ਵਾਲੇ ਤੁਸੀਂ ਗੀਤ ਗਾਉਂਦੇ ਹੋ ਇਹ ਕਰਦੇ ਹੋ ਵਾਹ ਕਰਦੇ ਹੋ ਵੀ ਤੁਹਾਡੇ ਚੋਂ ਜਾਓ ਹੁਣ ਬਾਰਡਰਾਂ ਤੇ ਜਾਓ ਕਹਿੰਦਾ ਵੀ ਤੂੰ ਤੂੰ ਕਰਨ ਔਜਲੇ ਪਿੱਛੇ ਬਾਈ ਕਿਉਂ ਲਾਉਣਾ ਵੀ ਸਿੱਧੂ ਮੂਸੇ ਵਾਲਾ ਬਾਈ ਹੈ ਗਾਣੇ ਬਹੁਤ ਸਾਰੇ ਸਿੰਗਰ ਗਾ ਰਹੇ ਆ ਜੇ ਤੁਸੀਂ ਕਿਸੇ ਨੂੰ ਸੁਣ ਰਹੇ ਹੋ ਤਾਂ ਉਹ ਤੁਹਾਡੀ ਰਿਕੁਆਇਰਮੈਂਟ ਪੂਰੀ ਕਰ ਰਿਹਾ ਬੰਦਾ ਉਹ ਤੁਹਾਨੂੰ ਉਹ ਸੁਣਾ ਰਿਹਾ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਤੁਸੀਂ ਜੋ ਚੰਗਾ ਹੈ ਉਹ ਸੁਣਦੇ ਹੋ ਇਹ ਨਹੀਂ ਗਾ ਕਿ ਤੁਸੀਂ ਤੁਹਾਡੇ ਕਰਕੇ ਉਹ ਸਟਾਰ ਬਣਿਆ ਉਹ ਤੁਹਾਡੀ ਰਿਕੁਆਇਰਮੈਂਟ ਆ ਉਹਦਾ ਕੰਮ ਹੈ ਉਹਦਾ ਪ੍ਰੋਫੈਸ਼ਨ ਹੈ ਗਾਣੇ ਗਾਉਣਾ ਐਕਟਿੰਗ ਕਰਨਾ ਅਤੇ ਉਹ ਸੇਮ ਚੀਜ਼ ਹੈ ਮਤਲਬ ਕਿ ਜਿਵੇਂ ਸਾਡੀ ਚੋਇਸ ਹੈ ਅੱਜ ਇੰਨੇ ਤਰੀਕੇ ਦੇ ਬੂਟ ਆਉਂਦੇ ਹਰੇਕ ਬੰਦਾ ਆਪਦੀ ਚੋਇਸ ਆਪਦੇ ਹਿਸਾਬ ਨਾਲ ਪ੍ਰੋਡਕਟ ਲੈਂਦਾ ਹੈ ਸੋ ਉਸੇ ਹਿਸਾਬ ਨਾਲ ਸਿੰਗਰ ਹੈ ਉਸ ਹਿਸਾਬ ਨਾਲ ਆਪਾਂ ਉਹਨਾਂ ਨੂੰ ਸੁਣਦੇ ਹਾਂ ਆਪਾਂ ਕਿਸੇ ਨੂੰ ਨਹੀਂ ਬਣਾਇਆ ਬਹੁਤ ਗਲਤ ਗੱਲ ਹੈ ਇੱਕ ਇਹ ਕਿ ਸਾਡੇ ਕਰਕੇ ਬਣੇ ਹਾਂ ਅਸੀਂ ਚੜ੍ਹਾਇਆ ਇਹਨਾਂ ਨੂੰ ਸੋ ਮੈਨੂੰ ਇੱਕ ਚੀਜ਼ ਇਹ ਲੱਗਦਾ ਕਿ ਇਹ ਨਹੀਂ ਹੋਣਾ ਚਾਹੀਦਾ ਇਹ ਚੀਜ਼ ਗਲਤ ਥੋਟ ਹੈ ਇਹ ਇਸ ਚੀਜ਼ ਨੂੰ ਕਦੇ ਵੀ ਮਨ 'ਚ ਨਹੀਂ ਆਉਣਾ ਚਾਹੀਦਾ ਦੂਜੀ ਗੱਲ ਹੈ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਮੈਨੂੰ ਬੁਰੀ ਲੱਗਦੀ ਹੈ ਫੋਟੋ ਪਾ ਦਿੰਦੇ ਅਸੀਂ ਸਿੱਧੂ ਮੂਸੇ ਵਾਲਾ ਇਹ ਵਰਨਾਮ ਭੁੱਲਰ ਬੀ ਐਮੀ ਵਿਰਕ ਸੀ ਅਤੇ ਕਰਨ ਔਜਲਾ ਡੀ ਅਤੇ ਫਲਾਨੇ ਨੂੰ ਕਮੈਂਟ ਕਰੋ ਤਿਗੜੇ ਨੂੰ ਆਹ ਕਰੋ ਉਹਨੂੰ ਮੈਸੇਜ ਕਰੋ ਉਹਨੂੰ ਲਾਈਕ ਕਰੋ ਕੀ ਇਹ ਕੀ ਚੀਜ਼ ਹੈ ਮਤਲਬ ਕਿ ਉਹ ਬੰਦਿਆਂ ਉਹਨਾਂ ਦਾ ਆਪਸ 'ਚ ਕੋਈ ਲੈਣਾ ਦੇਣਾ ਨਹੀਂ ਤੁਸੀਂ ਧੱਕੇ ਨਾਲ ਹੀ ਗੈਂਗ ਬਣਾ ਦਿੰਦੇ ਹੋ ਧੱਕੇ ਨਾਲ ਦੁਸ਼ਮਣੀਆਂ ਪਵਾ ਦਿੰਦੇ ਹੋ ਕਿ ਇਹਨੂੰ ਲਾਈਕ ਕਰੋ ਉਹਨੂੰ ਲਾਈਕ ਕਰੋ ਅੰਮ੍ਰਿਤ ਮਾਨ ਦੀ ਫੋਟੋ ਪਾ ਤੀ ਕਿਸੇ ਨਾਲ ਕਿਸੇ ਨਾਲ ਕਿਸੇ ਨਹੀਂ ਪਾ ਤੀ ਰੋਜ਼ ਵਾਰ ਕਰਾਉਂਦੇ ਹਾਂ ਰੋਜ਼ ਇਹ ਫੈਨ ਕਰਾਉਂਦੇ ਆ ਇਹ ਮੈਨੂੰ ਇਹ ਬੰਦੇ ਫੈਨ ਨਹੀਂ ਲੱਗਦੇ ਸੋ ਇਹ ਕਿਸੇ ਤਰੀਕੇ ਦੇ ਕੋਈ ਫੈਨ ਨਹੀਂ ਅਤੇ ਇਹ ਚੀਜ਼ ਬੰਦ ਕਰੋ ਮਤਲਬ ਬਹੁਤ ਹੀ ਮਤਲਬ ਬਚਕਾਣੀ ਹਰਕਤ ਹੈ ਇਹ ਜੋ ਐਂ ਕਰਦੇ ਸੋ ਇਹ ਬੀ ਸੀ ਤੁਸੀਂ ਕਮੈਂਟ ਨਾ ਕਰੋ ਜੇ ਕੋਈ ਪਾਉਂਦਾ ਹੈ ਤਾਂ ਉੱਤੇ ਪਲੀਜ਼ ਕੋਈ ਕਮੈਂਟ ਕਰਨ ਦੀ ਲੋੜ ਨਹੀਂ ਤੁਹਾਡੀ ਏ ਬੀ ਸੀ ਨਾਲ ਕੋਈ ਸਟਾਰ ਕਿਸੇ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਤੁਸੀਂ ਅਨਨੈਸੈਸਰੀ ਇੱਕ ਨੈਗੇਟਿਵਿਟੀ ਕ੍ਰੀਏਟ ਕਰ ਰਹੇ ਹੋ ਤੀਜੀ ਗੱਲ ਜੇ ਤੁਸੀਂ ਕਿਸੇ ਇੱਕ ਬੰਦੇ ਦੇ ਫੈਨ ਹੋ ਉਹਦੇ ਕਰਕੇ ਦੂਜੇ ਨੂੰ ਗਾਲਾਂ ਨਾ ਕੱਢੋ ਮਤਲਬ ਅੱਜ ਕੋਈ ਵੀ ਬੰਦਾ ਕਿਸੇ ਇੱਕ ਸਿੰਗਰ ਦਾ ਫੈਨ ਹੈ ਦੂਜੇ ਬੰਦੇ ਨੂੰ ਗਾਲਾਂ ਕੱਢਦਾ ਲਾਈਕ ਮੈਂ ਮੇਰਾ ਕੋਈ ਲੈਣ ਦੇਣਾ ਵੀ ਨਹੀਂ ਕਿਸੇ ਨਾਲ ਜਦੋਂ ਛੜਾ ਫਿਲਮ ਆਈ ਸੀਗੀ ਤਾਂ ਪੰਜਾਬੀ ਇੰਡਸਟਰੀ ਦੀ ਹਾਈਐਸਟ ਓਪਨਿੰਗ ਵਾਲੀ ਫਿਲਮ ਹੈ ਉਹ ਅਤੇ ਇਸ ਚੀਜ਼ 'ਤੇ ਮੈਨੂੰ ਅਨਨੈਸੈਸਰੀ ਗਾਲਾਂ ਕੱਢੀਆਂ ਕਿਸੇ ਦੂਜੇ ਸਿੰਗਰਾਂ ਦੇ ਫੈਨਸ ਨੇ ਕਿ ਝੂਠ ਬੋਲਦੇ ਹੋ ਤੁਸੀਂ ਫਲਾਨਾ ਤਕਾਨਾ ਫਲਾਨਾ ਜ਼ਿੰਦਾਬਾਦ ਤਿਗੜਾ ਜ਼ਿੰਦਾਬਾਦ ਸੋ ਉਹ ਕੀ ਚੀਜ਼ ਹੈ ਕਿਸੇ ਦੂਜੇ ਬੰਦੇ ਨੂੰ ਗਾਲਾਂ ਕੱਢਣਾ ਤੁਸੀਂ ਫੈਨ ਨਹੀਂ ਹੋ ਕਿਸੇ ਸਿੰਗਰ ਦਾ ਪੱਖ ਰੱਖ ਕੇ ਤੁਸੀਂ ਬਾਕੀ ਇੰਡਸਟਰੀ ਨੂੰ ਗਾਲਾਂ ਕੱਢ ਰਹੇ ਹੋ ਕਿਸੇ ਕੈਰੈਕਟਰ ਦਾ ਪੱਖ ਰੱਖ ਕੇ ਤੁਸੀਂ ਬਾਕੀ ਸਭ ਨੂੰ ਗਾਲਾਂ ਕੱਢ ਰਹੇ ਹੋ ਸੋ ਉਹ ਬਹੁਤ ਮਾੜੀ ਗੱਲ ਆ ਉਹ ਟੋਟਲੀ ਨੈਗੇਟਿਵਿਟੀ ਹੈ ਟੋਟਲੀ ਵੇਸਟ ਆਫ ਟਾਈਮ ਵੇਸਟ ਆਫ ਐਵਰੀਥਿੰਗ ਮਤਲਬ ਉਹ ਬੰਦੇ ਵੀ ਫੈਨ ਨਹੀਂ ਗੇ ਜੇ ਤੁਸੀਂ ਕਿਸੇ ਤੁਸੀਂ ਚੰਗਾ ਹਾਂ ਤੁਸੀਂ ਕਿਸੇ ਨੂੰ ਐਡਮਾਇਰ ਕਰਦੇ ਹੋ ਤੁਸੀਂ ਮੈਂ ਕਹਿੰਦਾ ਜਾਨ ਦੇ ਦਿਉ ਉਹ ਬੰਦੇ ਲਈ ਕਿ 24 ਘੰਟੇ ਜੋ ਕਰ ਸਕਦੇ ਹੋ ਤੁਸੀਂ ਉਹਦੇ ਨਾਂ ਦੀ ਮਾਲਾ ਜਪੋ ਕੋਈ ਚੱਕਰ ਨਹੀਂ ਉਹ ਫੈਨ ਹੈ ਬਟ ਉਹਦੇ ਕਰਕੇ ਕਿਸੇ ਦੂਜੇ ਬੰਦੇ ਨੂੰ ਐਵੇਂ ਗਾਲਾਂ ਕੱਢਣਾ ਉਹ ਵੀ ਫੈਨ ਵਾਲਾ ਕੰਮ ਹੈ ਨਹੀਂ ਉਹ ਵੀ ਗਲਤ ਗੱਲ ਹੈ ਮਤਲਬ ਮਾੜੀ ਗੱਲ ਹੈ ਸੋ ਇਹੋ ਜਿਹੀਆਂ ਗੱਲਾਂ ਹੈਗੀਆਂ ਜਿਹੜੀਆਂ ਮਤਲਬ ਮੈਨੂੰ ਲੱਗਦਾ ਕਿ ਯਾਰ ਗਲਤ ਹੈ ਸਾਡੇ ਇੱਥੇ ਕਮੈਂਟ ਦੂਜੇ ਦੇ ਗਾਣੇ 'ਤੇ ਜਾ ਕੇ ਤੁਸੀਂ ਨਹੀਂ ਸੁਣਨਾ ਕਿਸੇ ਨੂੰ ਨਾ ਸੁਣੋ ਤੁਸੀਂ ਗਾਣਾ ਹੀ ਨਾ ਸੁਣੋ ਤੁਸੀਂ ਕਿਸੇ ਗਾਣਾ ਸੁਣੇ ਬਿਨਾਂ ਕਿਸੇ ਦਾ ਗਾਣਾ ਗਾਣਾ ਪਏ ਮਿੰਟ ਨਹੀਂ ਹੁੰਦਾ ਉੱਤੇ 1,000, 2,000, 5,000 ਡਿਸਲਾਈਕ ਐਂ ਆ ਜਾਂਦਾ ਕਿਉਂ ਗਾਣਾ ਸੁਣਿਆ ਵੀ ਨਹੀਂ ਤੁਸੀਂ ਅਤੇ ਮਤਲਬ ਡਿਸਲਾਈਕ ਕਰਨ ਦੀ ਤੁਹਾਨੂੰ ਗਾਲੀ ਰਹਿੰਦੀ ਹੈ ਸੋ ਇਹ ਕੁਛ ਗੱਲਾਂ ਸੀ ਜਿਹੜੀਆਂ ਮੈਨੂੰ ਪਰਸਨਲ ਤੌਰ 'ਤੇ ਲੱਗਦੀਆਂ ਸੀ ਕਿ ਯਾਰ ਬਹੁਤ ਗਲਤ ਹੈ ਮੀਡੀਆ ਕੁਛ ਵੀ ਪਾ ਦਿੰਦਾ ਹੈ ਵੈਬ ਪੋਰਟਲਸ ਹੈ ਜਾਂ ਜੋ ਵੀ ਮੀਡੀਆ ਹੈ
ਹਾਈਲਾਈਟ ਬਣਾ ਕੇ ਜਿਵੇਂ ਖਬਰਾਂ ਨੂੰ ਪਾਉਂਦਾ ਉਹ ਬਹੁਤ ਗਲਤ ਗੱਲ ਹੈ। ਇੱਕ ਕਿਸੇ ਵੀ ਨੈਗੇਟਿਵ ਪੁਆਇੰਟ ਨੂੰ ਫੜ ਕੇ ਅਤੇ ਫਿਰ ਉਸ ਨੂੰ ਹਾਈਲਾਈਟ ਉਹਨੂੰ ਵਟਸਐਪ 'ਤੇ ਫੋਰਵਰਡ ਕਰਨਾ ਐਂ ਹੋ ਗਿਆ ਜੀ, ਉਹ ਹੋ ਗਿਆ ਜੀ, ਆਹ ਹੋ ਗਿਆ ਜੀ। ਸੋ ਇਹ ਕਿਸੇ ਦੂਜੇ ਬੰਦੇ ਦੀ ਬਦਨਾਮੀ, ਕਿਸੇ ਦੂਜੇ ਬੰਦੇ ਨੂੰ ਥੱਲੇ ਕਰਕੇ ਉਹਨੂੰ ਐਵੇਂ ਗਾਲਾਂ ਕੱਢ ਕੇ, ਨਾ ਤਾਂ ਉਹ ਫੈਨ ਵਾਲੀ ਗੱਲ ਹੈ ਨਾ ਕਿਸੇ ਦਾ ਫਾਇਦਾ ਹੋ ਰਿਹਾ ਹੈ। ਸੋ ਇਹ ਵੀ ਮਾੜੀ ਗੱਲ ਹੈ। ਇੱਕ ਗੱਲ ਹੈ ਵੀ ਕਿਸੇ ਵੀ ਬੰਦੇ ਦਾ, ਸਾਡਾ ਪਿੰਡ 'ਚ, ਪਿੰਡ 'ਚ ਲਾ ਲਓ ਤੁਸੀਂ, ਸ਼ਹਿਰ 'ਚ ਲਾ ਲਓ, ਕਾਲਜ 'ਚ ਲਾ ਲਓ, ਕਲਾਸ 'ਚ ਲਾ ਲਓ, ਸਾਡਾ ਰੋਜ਼ ਕਿਸੇ ਨਾ ਕਿਸੇ ਨਾਲ ਕੋਈ ਨਾ ਕੋਈ ਮਤਭੇਦ ਹੁੰਦੇ ਰਹਿੰਦੇ। ਆਪਾਂ ਆਪਦੇ ਦੋਸਤਾਂ ਨਾਲ ਲੜ ਲੈਂਦੇ ਹਾਂ, ਆਪਾਂ ਆਪਦੇ ਤਾਏ ਚਾਚੇ ਨਾਲ ਲੜ ਲੈਂਦੇ ਹਾਂ, ਕਿਸੇ ਮਾੜੀ ਜਿਹੀ ਗੱਲ 'ਤੇ ਕਿਸੇ ਨਾਲ ਬਹਿਸ ਹੋ ਜਾਂਦਾ, ਇਹ ਆਮ ਗੱਲ ਹੈ। ਸੋ ਜੋ ਇੱਕ ਆਰਟਿਸਟ ਬੰਦਾ ਹੈ ਉਹ ਵੀ ਇੱਕ ਹਿਊਮਨ ਬੀਂਗ ਹੈ, ਜੇ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਤਾਂ ਪਰਸਨਲ ਗੱਲ ਹੈ ਉਹਨਾਂ ਦੀ। ਉਹਦੇ 'ਤੇ ਇੱਕ ਨੇਤਾਗਿਰੀ ਸ਼ੁਰੂ ਹੋ ਜਾਂਦੀ ਹੈ ਜੀ, ਹਾਂ ਜੀ ਫਲਾਣੇ ਨੇ ਤਿਕੜੇ ਨੂੰ ਫਲਾਣੇ ਨੇ ਗਾਲਾਂ ਕੱਢਤੀਆਂ, ਫਿਰ ਉਹਨੂੰ ਤੂੰ ਫੁਕਰਾ, ਤੂੰ ਦੀ ਇਹ, ਤੂੰ ਉਹ। ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਜਿਹੜੀ ਮੇਨ ਗੱਲ ਆ ਜਾਂਦੀ ਹੈ ਕਿ ਕਿਸੇ ਨੂੰ ਮਾੜਾ ਨਾ ਬੋਲੋ ਕਿਸੇ ਚੀਜ਼, ਜੇ ਕਿਸੇ ਦੀ ਨਹੀਂ ਵੀ ਬਣੀ ਹੈ, ਕਿਸੇ ਦੀ ਸਟਾਰ ਦੀ ਲਾਈਫ 'ਚ ਵੀ ਕੋਈ ਇੰਨੀ ਕੀ ਗੱਲ ਹੋ ਗਈ ਹੈ, ਕੋਈ ਉੱਥੋਂ ਗਲਤੀ ਹੋ ਗਈ ਹੈ, ਕੋਈ ਨੈਗੇਟਿਵਿਟੀ ਆ ਗਈ ਉਹਦੀ ਲਾਈਫ 'ਚ, ਤਾਂ ਉਹਦਾ ਤਮਾਸ਼ਾ ਨਾ ਬਣਾਓ ਤੁਸੀਂ। ਆਹ ਇੱਕ ਹੋਰ ਹੈ, ਐਮੀ ਬਾਈ ਨੂੰ ਐਡ ਕਰ ਲਓ, ਇੱਕ ਇਹ ਚੀਜ਼ ਵੀ ਹੈ। ਮੈਂ ਬਹੁਤ ਕਹੂੰਗਾ ਕਿ ਕਦੇ ਵੀ ਕਿਸੇ ਬੰਦੇ ਨੂੰ ਤੁਸੀਂ ਡਾਕਿਆ ਨਾ ਸਮਝੋ, ਹੈ ਨਾ। ਮੈਨੂੰ ਬਹੁਤ ਮੈਸੇਜ ਆਉਂਦੇ ਆ, ਬਾਕੀਆਂ ਨੂੰ ਵੀ ਆਉਂਦੇ ਹੋਣੇ, ਵੀ ਫਲਾਣੇ ਡਾਇਰੈਕਟਰ ਨਾਲ ਮਿਲਾ ਦਿਓ ਜੀ, ਧੀੜੇ ਐਕਟ ਸਿੰਗਰ ਨੂੰ ਆਹ ਮੈਸੇਜ ਦੇ ਦਿਓ ਜੀ, ਫਲਾਨੀ ਹੀਰੋਇਨ ਨੂੰ ਆਹ ਮੈਸੇਜ ਦੇ ਦਿਓ। ਔਰ ਉਹਨਾਂ ਦੇ ਲਈ ਲੋਕ ਮੈਨੂੰ ਕਹਿੰਦੇ ਆ, ਮੈਨੂੰ ਪਤਾ ਹੈ ਕਿ ਮੈਨੂੰ ਮੈਸੇਜ ਦੂਜੇ ਬੰਦੇ ਲਈ ਆ ਰਿਹਾ, ਬਟ ਮੈਨੂੰ ਵੀ ਕਹੂਗਾ ਬਾਈ ਮੈਂ ਤੁਹਾਡਾ ਬਹੁਤ ਵੱਡਾ ਫੈਨ ਹੈ, ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਅਤੇ ਮੈਂ ਐਮੀ ਵਰਕ ਬਾਈ ਨੂੰ ਵੀ ਮਿਲਣਾ ਚਾਹੁੰਦਾ, ਅਤੇ ਮੈਂ ਮਨਿੰਦਰ ਬੁੱਟਰ ਨੂੰ ਵੀ ਮਿਲਣਾ ਚਾਹੁੰਦਾ। ਸੋ ਉਹ ਚੀਜ਼ ਵੀ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਜਿਹਦੇ ਫੈਨ ਹੋ, ਜਿਹਨੂੰ ਤੁਸੀਂ ਪਸੰਦ ਕਰਦੇ ਹੋ, ਉਹਨੂੰ ਡਾਇਰੈਕਟ ਮੈਸੇਜ ਕਰੋ ਇੰਸਟਾ 'ਤੇ, ਹੈ ਨਾ। ਤੁਸੀਂ ਕਿਉਂ ਕਿਸੇ ਨੂੰ ਝੂਠ ਬੋਲਦੇ, ਕਿਸੇ ਨੂੰ ਕਿਉਂ ਕਹਿੰਦੇ ਹੋ? ਲਿਰਿਸਿਸਟ ਹੈ, ਬਹੁਤ ਸਾਰੇ ਲਿਰਿਸਿਸਟ ਹੈ, ਮਿਲਣਾ ਕਿਸੇ ਹੋਰ ਨੂੰ ਹੁੰਦਾ, ਫੋਲੋ ਕਿਸੇ ਹੋਰ ਨੂੰ ਕਰਦੇ ਆ, ਜਾਂ ਸਿੱਧਾ ਕਹੋ ਕਿਸੇ ਬੰਦੇ ਨੂੰ, ਓਨੈਸਟਲੀ ਕਹੋ ਕਿ ਬਾਈ ਮੈਨੂੰ ਐਮੀ ਵਿਰਕ ਬਾਈ ਨਾਲ ਮਿਲਣਾ, ਮੈਨੂੰ ਉਹਦੇ ਨਾਲ ਮਿਲਣਾ, ਮੈਨੂੰ ਟਾਈਮ ਹੋਊਗਾ ਤਾਂ ਮੈਂ ਰਿਪਲਾਈ ਕਰ ਦੂੰਗਾ, ਨਹੀਂ ਹੋਊਗਾ ਤਾਂ ਨਾ, ਸਹੀ ਮਿਲਾ ਸਕੂੰਗਾ ਤਾਂ ਮਿਲਾ ਦੂੰਗਾ, ਬਟ ਝੂਠ ਨਾ ਬੋਲੋ। ਉਹ ਝੂਠ ਫੜਿਆ ਜਾਂਦਾ, ਉਹ ਝੂਠ ਪਤਾ ਲੱਗ ਜਾਂਦਾ, ਔਰ ਫਿਰ ਤੁਸੀਂ ਗਾਲਾਂ ਸ਼ੁਰੂ ਹੋ ਜਾਂਦੇ ਹੋ ਐਮੀ ਬਾਈ ਨੂੰ, ਜਾਂ ਕਿਸੇ ਨੂੰ ਵੀ, ਕਿਸੇ ਵੀ ਬੰਦੇ ਨੂੰ। ਉਹਨਾਂ ਨੂੰ ਲੱਖ ਲੱਖ ਮੈਸੇਜ ਪਏ ਰਹਿੰਦੇ ਆ, ਔਰ ਉਹਨਾਂ ਲਈ ਪੋਸੀਬਲ ਨਹੀਂ ਹੁੰਦਾ। ਅਤੇ ਸੋ ਇਹ ਚੀਜ਼ਾਂ ਜਿਹੀਆਂ ਹੈ ਕਿ ਬਿਨਾਂ ਗੱਲੋਂ ਛੇਤੀ ਛੇਤੀ ਗਾਲਾਂ 'ਤੇ ਨਾ ਆ ਜਾਇਆ ਕਰੋ, ਹੈ ਨਾ। ਬਰਥਡੇ ਵਿਸ਼ ਕਰ ਦਿਉ, ਉਹਦੇ ਨਾਲ ਕੀ ਹੋਜੂਗਾ ਬਰਥਡੇ ਵਿਸ਼ ਕਰਨ ਨਾਲ? ਮਤਲਬ ਉਹ ਸੋਚ ਹੀ ਇੱਕ ਅੱਡ। ਤੁਸੀਂ ਕਿਸੇ ਬੰਦੇ ਨੂੰ ਮਿਲਣਾ, ਤੁਸੀਂ ਐਡਮਾਇਰ ਕਰਨਾ, ਤੁਸੀਂ ਚਾਰ ਚੰਗੀਆਂ ਗੱਲਾਂ ਸਿੱਖੋ, ਹੈ ਨਾ, ਕੁਛ ਕੰਮ ਦੀ ਗੱਲ ਹੈ, ਤੁਸੀਂ ਮੋਸਟ ਵੈਲਕਮ ਹੈ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੋ ਵੀ ਨਵੇਂ ਰਾਈਟਰ ਹੈ, ਮੈਨੂੰ ਜਿੰਨੇ ਵਾਰੀ ਤੁਸੀਂ ਮਰਜ਼ੀ ਸਕ੍ਰਿਪਟ ਸੁਣਾਓ ਤੁਸੀਂ, ਬਟ ਲਿਖ ਕੇ ਤਾਂ ਲੈ ਕੇ ਆਓ, ਬਟ ਨਹੀਂ, ਦੋ ਲਾਈਨਾਂ ਦਾ ਆਈਡੀਆ ਹੈ, ਮੈਸੇਜ ਕਰਨਗੇ ਬਾਈ ਆਈਡੀਆ, ਕਹੋ ਕਿ ਹਾਂ ਇਹਨੂੰ ਡਿਵੈਲਪ ਕਰਕੇ ਲਿਆਓ, ਤਾਂ ਕੋਈ ਮੁੜਦਾ ਨਹੀਂ ਆ। ਅਤੇ ਸੋ ਉਹ ਮੈਨੂੰ ਲੱਗਦਾ ਹੈ ਕਿ ਨਹੀਂ ਕਰਨਾ ਚਾਹੀਦਾ, ਹੈ ਨਾ। ਅਤੇ ਬਸ ਐਡੀ ਕੁ ਗੱਲ ਸੀਗੀ ਆ ਫੈਨ ਵਾਲੀ। ਹੁਣ ਆਪਾਂ ਐਡ ਕਰਦੇ ਹਾਂ ਐਮੀ ਬਾਈ ਨੂੰ ਅਤੇ ਕਰਦੇ ਹਾਂ ਗੱਲਾਂ। ਮੈਨੂੰ ਪਤਾ ਨਹੀਂ ਔਫਲਾਈਨ ਹੋ ਗਿਆ ਹੈ ਕਿ ਹੈਗਾ, ਇੱਕ ਤਾਂ ਮੈਨੂੰ ਐਡ ਨਹੀਂ ਕਰਨਾ ਆਉਂਦਾ ਐਮੀ ਯਾਰ, ਜੇ ਬਾਈ ਤੂੰ ਔਨਲਾਈਨ ਹੈਗਾ ਤਾਂ ਰਿਕੁਐਸਟ ਭੇਜੀ ਬਾਈ, ਤੁਹਾਡੀ ਮੂਵੀ ਚੈੱਕਟ ਕਰਨ ਲਈ ਕੀ ਕਰਨਾ ਪਊਗਾ ਬਿੱਟੂ? ਵੀਰੇ ਐਕਟ ਕਰਨ ਲਈ ਤਾਂ ਮਤਲਬ ਮੇਰੀ ਮੂਵੀ 'ਚ ਨਹੀਂ, ਤੁਸੀਂ ਐਕਟਿੰਗ ਕਰਨੀ ਹੈ ਤਾਂ ਤੁਸੀਂ ਕਿਸੇ ਵੀ 'ਚ ਕਰੋ, ਬਟ ਅਤੇ ਆਡੀਸ਼ਨ ਹੈ ਵੀਰੇ, ਉਹਦੇ ਹੋਰ ਕੋਈ ਤਰੀਕਾ ਨਹੀਂ ਹੈ। ਜਦੋਂ ਵੀ ਨਵੀਂ ਮੂਵੀ ਹੁੰਦੀ ਹੈ, ਜਿਹੜੇ ਵੀ ਕਰੈਕਟਰਸ ਦੀ ਡਿਮਾਂਡ ਹੁੰਦੀ ਹੈ, ਅਤੇ ਉਹਦੇ ਲਈ ਫਿਰ ਆਡੀਸ਼ਨਸ ਹੁੰਦੇ ਆ, ਹੋਰ ਕੋਈ ਮਤਲਬ ਦੂਜਾ ਕੋਈ ਆਪਸ਼ਨ ਨਹੀਂ ਗਾ। ਯਾਰ ਵੀਰੇ ਮੈਨੂੰ ਐਡ ਨਹੀਂ ਕਰਨਾ ਆਉਂਦਾ, ਜਾਂ ਤਾਂ ਭੇਜੀ ਹੈ, ਕਿੱਥੇ ਭੇਜੀ ਹੈ ਮੈਨੂੰ, ਮੈਨੂੰ ਐਡ, ਹਾਂ ਆ ਗਿਆ, ਐਡ ਕਰ ਲਿਆ। ਹੈਲੋ ਸਰ, ਮਾਨ ਹਾਊ ਆਰ ਯੂ? ਗੁੱਡ ਗੁੱਡ ਗੁੱਡ, ਕੀ ਹਾਲ ਚਾਲ? ਚੜ੍ਹਦੀ ਗੱਲ, ਚੜ੍ਹਦੀ ਗੱਲ, ਕਿੱਥੇ ਜਿਮ? ਹਾਂ ਹੁਣੇ ਆਇਆ, ਚਾਰ ਪੰਜ ਦਿਨਾਂ ਬਾਅਦ। ਵੈਰੀ ਗੁੱਡ,
ਚਲੋ ਜਿਹੜੇ ਫੈਨਸ ਨੇ ਚਾਹਣ ਵਾਲੇ ਉਹ ਤਾਂ ਚਲੋ ਕਈ ਵਾਰੀ ਉਹਨੂੰ ਨਹੀਂ ਪਤਾ ਹੁੰਦਾ, ਸਿਆਣੇ ਪੈਣੇ ਇੰਡਸਟਰੀ ਵਾਲੇ ਫੋਨ ਕਰਕੇ ਕਹਿਣਗੇ ਬਈ ਮੇਰੀ ਸਟੋਰੀ ਪਾ ਦੇ ਹੈਪੀ ਬਰਥਡੇ ਕਹਿ ਕੇ। ਹਾਂ ਵੀ ਜਿਹੜੇ ਇੰਡਸਟਰੀ ਜਿਹਨੇ ਘੱਟੋ ਘੱਟ ਉਹਨਾਂ ਨੂੰ ਤਾਂ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ। ਅਗੇ ਜਾਂ ਕਮੈਂਟ ਕਰ ਦਿਓ ਤੇ ਜਾਂ ਬਰਥਡੇ ਦੀ ਸਟੋਰੀ ਪਾ ਦਿਓ ਉੱਤੇ ਕਈ ਵਾਰ ਆਸਾਨ ਆਉਣਾ। ਦਿੱਕਾਂ ਵਾਲੇ ਉਹ ਦੁਆਵਾਂ ਲੈਣੀਆਂ ਆਪਾਂ, ਚੜ੍ਹਦੀ ਕਲਾ ਦੀ ਦੁਆ ਲੈਣੀ, ਦੂਜੇ ਵਿਸ਼ ਲੈਣੀ ਤੇ ਉਹ ਮੰਗ ਕੇ ਲੈਣੀ, ਮੰਗ ਕੇ ਲੈਣੀ। ਹਾਂ 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 ਸੇਮ ਚੀਜ਼। ਹੋਰ ਕਿਵੇਂ ਸਿਹਤਾਂ ਕੰਮ ਕਾਜ? ਕੰਮ ਕਾਜ ਵਧੀਆ, ਪਰਿਵਾਰ ਸਭ ਸੈੱਟ। ਕਦੋਂ ਆਉਣਾ? ਮੈਂ ਆ ਜਾਣਾ ਯਾਰ ਬਸ 3-4 ਦਿਨਾਂ ਚ। ਉਹ ਸੱਚ ਪੋਸਟਰ ਦੇਖਿਆ? ਹਾਂ ਹੁਣੇ ਹੀ ਦੇਖਿਆ ਮੈਂ। ਕਿਵੇਂ ਲੱਗਿਆ? ਗੁੱਡ ਹੈ, ਬਹੁਤ ਵਧੀਆ, ਗਾਣਾ ਵੀ ਬਹੁਤ ਘੈਂਟ ਹੈ। ਹਾਂ ਤਾਂ ਅੱਜ ਮੈਂ ਗਾਣਾ ਤਾਂ ਭੇਜੇ ਸੀਗੇ। ਹਾਂ ਨਾ ਇਸ ਕਰਦੇ 4-5 ਦਿਨਾਂ ਚ ਮੈਂ ਜਦ ਲਾਈਵ ਹੋਊਂਗਾ, ਮੈਂ ਕਿਹਾ ਨਾਲ ਨਾਲ ਮੈਂ ਆਪਣਾ ਵੀ ਕਰਨਾ। ਮੈਨੂੰ ਤਾਂ ਹੋ ਗਿਆ, ਮੈਨੂੰ 1.5-2 ਮਹੀਨੇ ਹੋ ਗਏ ਲਾਈਵ ਹੋਏ ਨੂੰ। ਓਕੇ। ਉਹ ਨੈਗੇਟਿਵਿਟੀ ਜੀ ਬਹੁਤ ਸੀ ਜਿਹੜੀ ਤੁਸੀਂ ਗੱਲ ਕਰੀ ਜਾਂਦੇ, ਮੈਂ ਹੁਣੇ ਜੇ ਸੁਣੀ ਜਾਂਦਾ ਇਹ ਸਾਰੀਆਂ ਬਹੁਤ ਜ਼ਿਆਦਾ। ਮੈਂ ਬਸ 2-3 ਦਿਨਾਂ ਤਾਈ, 4 ਦਿਨਾਂ ਤਾਈ ਬਣਾਉਣਾ ਪ੍ਰੋਗਰਾਮ। ਯਾਰ ਬੈਠਾ ਚ ਬਾਰੇ ਦੇ ਬਾਹਾਂ ਬਾਹਾਂ ਮੈਸਾਂ ਦੀ ਆਵਾਜ਼ ਕਿਧਰੋਂ ਆ ਜਾਂਦੀ ਆ? ਥੱਲੇ। ਅੱਛਾ, ਵੇੜੇ ਚ ਬੋਲ ਰਹੀ ਆ। ਦੁਬਾਰਾ ਪਛਾਣ ਲਿਆ ਯਾਰ ਨੇ। ਹਾਂ ਲੈਣ ਆਈਏ? ਨਹੀਂ ਆ ਜੂਗਾ ਮੈਂ ਵੈਸੇ, ਕੋਈ ਚੱਕਰ ਨਹੀਂ ਆ। ਓਕੇ ਚਲ ਆ ਜਾ ਫਿਰ, ਸ਼ਾਇਦ 2-3 ਦਿਨ ਤੱਕ ਸ਼ੂਟ ਆ ਖਰੇ ਵਾਲਾ, ਫਿਰ ਉਸ ਤੋਂ ਬਾਅਦ ਆਪਾਂ ਆਪਣਾ ਕਰਾਂਗੇ। ਠੀਕ ਹੈ। ਤੇ ਸੱਜਣੋ ਮਿੱਤਰੋ, ਸਰਗੁਣ ਆਈ ਸੀ ਹੁਣੇ ਜੇ ਗਈ ਆ 10 ਮਿੰਟ ਪਹਿਲਾਂ, 15-20 ਮਿੰਟ ਆ ਮਤਲਬ ਜਿਮ ਤੋਂ ਪਹਿਲਾਂ ਆਈ ਸੀ। ਓਕੇ ਬੁੱਟਰ ਦਾ ਗਾਣਾ ਵੀ ਵਧੀਆ ਰਹਿ ਗਿਆ ਹਨਾ? ਹਾਂ ਬੁੱਟਰ ਵਾਲਾ ਬਹੁਤ ਘੈਂਟ ਆ ਯਾਰ, ਵੀਡੀਓ ਮੈਨੂੰ ਬੜਾ ਵਧੀਆ ਲੱਗਾ। ਹਾਂ ਗੁੱਡ ਹੈ, ਠੀਕ ਦੋਨੇ ਵਧੀਆ ਲੱਗ ਰਿਹਾ, ਕਿਊਟ ਲੱਗ ਰਿਹਾ। ਹਾਂ ਵਧੀਆ ਮਾਹੌਲ ਜਾ। ਗਾਣਾ ਸ਼ੂਟ ਵੀ ਬੜਾ ਸੋਹਣਾ ਕੀਤਾ ਉਹਨਾਂ ਨੇ ਤੇ ਪਰਫਾਰਮ ਵੀ, ਬੁੱਟਰ ਨੇ ਮਿਹਨਤ ਵੀ ਬਹੁਤ ਕੀਤੀ ਡਾਰਲਿੰਗ, ਜਿਮ ਜਿਮ ਲਾਈ ਵਧੀਆ ਉਹਨੇ। ਹਾਂ ਲੁੱਕ ਤੇ ਮੈਨੂੰ ਹੁਣ ਫਰੀਦ ਜਾ ਵੇਖ ਕੇ ਆਪਣਾ ਸ਼ਰਮ ਆਉਣ ਲੱਗ ਪਈ ਸੀ। ਮੈਂ ਕਿਹਾ ਯਾਰ ਜਿਮ ਲੱਗ ਜਾਈਏ, ਕਹਿੰਦੇ ਤਾਂ ਕਲਾਕਾਰ ਆ, ਇੰਨੇ ਪੈਸੇ ਮੰਗ ਲੈਣੇ ਜਦੋਂ ਕਿ ਫਿਲਮ ਵਾਲਾ ਕਹਿੰਦਾ। ਮੈਂ ਕਿਹਾ ਯਾਰ ਫਰੀਦ ਦੇ ਆਪਣਾ 10 ਰੁਪਈਆਂ ਵਾਲਾ ਹੈ ਨਹੀਂ, ਤੇ ਮੈਂ ਕਿਹਾ ਜਿਮ ਦੇ ਵੀ ਇੰਨੇ ਪੈਸੇ ਲਾਈ ਆ ਤੇ ਹੁਣ ਮੈਂ ਕਿਹਾ ਚਲੋ ਕਰ ਲਈ ਕੁਛ। ਪਰ ਪਹਿਲਾਂ ਮੈਨੂੰ ਇਹੀ ਨਹੀਂ ਸੀ ਪਤਾ ਵੀ ਲੋਕਡਾਊਨ ਕਦੋਂ ਖੁੱਲਣਾ। ਹੁਣ ਜਦੋਂ ਲੋਕਡਾਊਨ ਦਾ ਪਤਾ ਲੱਗਿਆ ਵੀ ਹੁਣ ਚਲੋ ਹੁਣ 1-1.5 ਮਹੀਨੇ ਤੱਕ ਸ਼ੂਟ ਕਰ ਸਕਦੇ ਹਾਂ, ਮੈਂ ਕਿਹਾ ਚਲੋ ਹੁਣ ਠੀਕ ਕਰ ਲੈਂਦਾ। ਵੈਸੇ ਵੀ ਮਹੀਨੇ ਦਾ ਕੰਮ ਹੁੰਦਾ ਤੁਹਾਨੂੰ ਪਤਾ ਤਾਂ ਹੈ। ਹਾਂ ਨਹੀਂ ਹੁਣ ਤਾਂ ਠੀਕ ਆ, ਹੁਣ ਤਾਂ ਖੁੱਲ ਹੀ ਜਾਊਗਾ, ਹੋਰ ਕੋਈ ਆਪਸ਼ਨ ਹੀ ਨਹੀਂਗਾ। ਸਾਰਾ ਕੁਝ ਖੁੱਲ ਗਿਆ, ਆਪਾਂ ਹੀ ਰਹਿ ਗਏ ਬਸ। ਸਿਨੇਮੇ ਵੀ ਖੁੱਲ ਜਾਣਗੇ ਮੋਸਟ ਪ੍ਰੋਬਬਲੀ ਅਗਲਾ ਜਿਹੜਾ 5th ਲੋਕਡਾਊਨ, ਆਈ ਥਿੰਕ ਪਤਾ ਨਹੀਂ ਕਿਹੜਾ 4th ਆ ਕਿ 5th ਆ। ਹਾਂ ਅਗਲੇ ਖੁੱਲ ਜਾਣਾ ਮੈਨੂੰ ਲੱਗਦਾ। ਤੇ ਹੋਰ ਬਾਕੀ ਰਬਾਬ ਨੇ ਠੀਕ ਨੇ? ਸਭ ਵਧੀਆ, ਬਾਪੂ ਰੀ ਸਾਰੇ ਸਭ ਵਧੀਆ, ਗੁੱਡ ਮੇਰੇ ਰਿਲੇਟਿਵ ਹੋਸਪਿਟਲ ਆ, ਉਹਨੂੰ ਮਿਲ ਕੇ ਆ ਰਿਹਾ, ਉਹ ਕਿਸੇ ਮਰਗ ਦੇ ਭੋਗ ਤੋਂ ਆ ਰਿਹਾ ਹਨਾ, ਤੇ ਉਹ ਸਾਹਮਣੇ ਵਾਲਾ ਕਹਿੰਦਾ ਲੈ ਸੜੇ ਜੇ ਮੂੰਹ ਕਰਕੇ ਕਹਿੰਦਾ ਇਹਨੇ ਫੋਟੋ ਖਿਚਾਈ ਹਨਾ, ਸਮਾਈਲ ਨੀ ਕੀਤੀ। ਗੀਤ ਗਾਉਂਦੇ ਸੀਗੇ, ਹੁਣ ਕਿਉਂ ਨੀ ਜਾਂਦੇ ਜੰਗ ਲੱਗੀ ਆ, ਕਈ ਵਾਰੀ ਉਹ ਗੱਲ। ਫਿਰ ਅੱਧ ਦਿਨ ਵੀ ਹੁਣ ਹੈਗੇ ਵੀ ਆਪਾਂ ਇਹਨਾਂ ਚ ਹੀ ਆ ਸਾਰੇ, ਆਪਣੇ ਚਾਹੁਣ ਵਾਲਿਆਂ ਦੇ ਵਿੱਚੋਂ ਆ, ਸੇਮ ਪਰਿਵਾਰਾਂ ਦੇ ਜਿਮੀਦਾਰਾਂ ਦੇ ਜਵਾਕ ਆ। ਪਤਾ ਨੀ ਕਿਉਂ ਵਾਟ ਕਰ ਦਿੰਦੇ, ਜਦੋਂ ਇੱਕ ਅੱਧਾ ਗੀਤ ਆ ਜੇ ਉਹ ਗਾਉਣ ਵਾਲਾ ਬਣ ਜਾਂਦਾ ਜੀ, ਉਹ ਫਲਾਣਾ ਇਹ ਆ, ਇਹ ਹੁੰਦੀ ਏਦਾਂ ਦੇ, ਇਹ ਹੁੰਦੀ ਏਦਾਂ ਦੇ, ਉਹੀ ਬੰਦੇ ਆ ਜਮਾ, ਉਹੀ ਮੱਤ ਆ, ਉਹੀ ਰੰਗ ਰੂਪ, ਸਾਰਾ ਕੁਛ ਸੇਮ ਆ।
ਜਮਾ ਹੀ ਇਹ ਆਪਾਂ ਆਮ ਲੋਕ ਆਮ ਹੀ ਆਮ ਰਜਲ ਕੇ ਗਾ ਲਿਆ ਗਾਣਾ ਉਹ ਵੀ ਮਤਲਬ ਆਉਂਦਾ ਨਹੀਂ ਸੀ ਗਾਉਣਾ ਚੱਲ ਗਿਆ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਸੁਣਿਆ ਪਿਆਰ ਦਿੱਤਾ ਤੇ ਚੱਲ ਗਿਆ ਗਾਣਾ ਪਤਾ ਨਹੀਂ ਕਿਉਂ ਇੰਸਟਰੂਮੈਂਟ ਚੱਟ ਕਰ ਦਿੰਦੇ ਆ ਹੁਣ ਮੈਂ ਪਿੱਛੇ ਜੇ ਇੱਕ ਬੜੀ ਵਧੀਆ ਗੱਲ ਹੈ ਮਤਲਬ ਮੈਂ ਕਹਿਣਾ ਚਾਹੂੰਗਾ ਮੈਂ ਪਿੱਛੇ ਜੇ ਮੈਨੂੰ ਕਿਸੇ ਨੇ ਸਵਾਲ ਪੁੱਛਿਆ ਕਿਸੇ ਬਾਈ ਨੇ ਵੀ ਕਹਿੰਦਾ ਵੀ ਤੂੰ ਤੂੰ ਕਰਨ ਔਜਲੇ ਪਿੱਛੇ ਬਾਈ ਕਿਉਂ ਲਾਉਣਾ ਵੀ ਸਿੱਧੂ ਮੂਸੇ ਵਾਲਾ ਬਾਈ ਹੈ ਹਨਾ ਤਾਂ ਮੈਂ ਇੱਕ ਪੋਸਟ ਪਾਈ ਵੀ ਲਿਖ ਕੇ ਵੀ ਮੈਂ ਕਿਹਾ ਨਹੀਂ ਵੀ ਮੇਰੇ ਲਈ ਤਾਂ ਦੋਨੇ ਬਾਈ ਹੈ ਤੇ ਬਹੁਤ ਵਧੀਆ ਗੱਲ ਹੈ ਉਸ ਮੈਸੇਜ ਨੂੰ ਕਰਨ ਔਜਲੇ ਵੀਰੇ ਨੇ ਵੀ ਦਿਲ ਭੇਜਿਆ ਉੱਤੇ ਤੇ ਮੂਸੇ ਵਾਲੇ ਬਾਈ ਨੇ ਵੀ ਦਿਲ ਭੇਜਿਆ ਤੇ ਉਹ ਉਹਨਾਂ ਨੂੰ ਪ੍ਰੋਬਲਮ ਨੀ ਗੀ ਤੇ ਜਨਤਾ ਨੂੰ ਏਡੀ ਪ੍ਰੋਬਲਮ ਹੈ ਮਤਲਬ ਮੈਂ ਸਾਰਿਆਂ ਦਾ ਫੈਨ ਫਿਲਮਾਂ ਮੈਂ ਅੰਬਰ ਦੇ ਵੀ ਵੇਖਦਾ ਮੈਂ ਜਗਦੀਪ ਦੇ ਵੀ ਵੇਖਦਾ ਮੈਂ ਧੀਰਜ ਭਾਈ ਦੇ ਵੇਖਦਾ ਸਾਰਿਆਂ ਦੇ ਵੇਖਦਾ ਯਾਰ ਕੀ ਆ ਇਹ ਕਿਹੜੀ ਕੱਟੜਤਾ ਹੋ ਗਈ ਮੈਨੂੰ ਸਮਝ ਨੀ ਆਉਂਦਾ ਗੀਤ ਨੇ ਡਾਰਲਿੰਗ ਉਹ ਹੀ ਕਿਹੜਾ ਵੋਟਾਂ ਨੇ ਪਾਰਟੀਆਂ ਥੋੜੀ ਨੇ ਗੀਤ ਆਉਣੀਆਂ ਨੇ ਤੁਸੀਂ ਪੰਕਜ ਤ੍ਰਿਪਾਠੀ ਜੀ ਗੱਲ ਦੱਸਿਓ ਬੜੀ ਵਧੀਆ ਸੀ ਗੱਲ ਉਹ ਕਹਿੰਦੇ ਵੀ ਚਰਚਿਤ ਹੋਣੇ ਮੇ ਔਰ ਯਾਦਗਾਰ ਹੋਣੇ ਮੇ ਬਹੁਤ ਫਰਕ ਹੈ ਫੇਮਸ ਹੋਣ ਦੇ ਵਿੱਚ ਤੇ ਲੈਜੈਂਡ ਹੋਣ ਦੇ ਵਿੱਚ ਬਹੁਤ ਫਰਕ ਹੈ ਫੇਮਸ ਨੂੰ ਕੀ ਆ ਤੇ ਰਾਤ ਨੂੰ ਆਪਾਂ ਕੋਈ ਨਾ ਕੋਈ ਇਹੋ ਜਿਹੀ ਕਰਾਮਾਤ ਕਰ ਦਈਏ ਜਾਂ ਕੋਈ ਇਹੋ ਜਿਹੀ ਕਾਰਨਾਮਾ ਕਰ ਦਈਏ ਫੇਮਸ ਆ ਕੱਲ ਨੂੰ ਰਾਈਟ ਤੇ ਲੈਜੈਂਡ ਹੋਣਾ ਵੀ ਜਿਹੜਾ ਤੁਸੀਂ ਅੱਜ ਤੋਂ 20 ਸਾਲ ਬਾਅਦ 25 ਸਾਲ ਬਾਅਦ 30 ਸਾਲ ਬਾਅਦ ਹਾਲਾਂਕਿ ਆਪਾਂ ਨਹੀਂ ਗਏ ਵੀ ਅੱਜ ਤੋਂ 30 ਸਾਲ ਬਾਅਦ 40 ਸਾਲ ਬਾਅਦ ਜਿਹੜਾ ਵੀ ਬੰਦਾ ਤੁਹਾਡੀ ਗੱਲ ਕਰੇ ਤੇ ਉਦੋਂ ਤੁਸੀਂ ਲੈਜੈਂਡ ਵੱਜੋ ਰਾਈਟ ਰਾਈਟ ਉਹਦੇ ਲਈ ਬਹੁਤ ਜ਼ਿਆਦਾ ਮਿਹਨਤ ਸਿੱਖਣੀ ਚਾਹੀਦੀ ਹੈ ਫੇਮਸ ਹੋਣਾ ਰਾਤੋਂ ਰਾਤ ਕੋਈ ਵੀ ਬੰਦਾ ਹੋ ਸਕਦਾ ਹਾਲਾਂਕਿ ਜਦੋਂ ਆਪਾਂ ਸਟਾਰਟ ਕੀਤਾ ਆਪਾਂ ਵੀ ਰਾਤੋਂ ਰਾਤ ਹੀ ਹੋਈ ਸੀ ਪਹਿਲਾ ਗਾਣਾ ਚੱਲਿਆ ਸੀ ਚਲੋ ਉਸ ਤੋਂ ਬਾਅਦ ਹੌਲੀ 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 ਕਰਕੇ ਆਏ ਚਲੋ 10 ਸਾਲ ਹੋ ਗਏ ਆਲਮੋਸਟ ਮੈਨੂੰ ਇੰਡਸਟਰੀ 'ਚ ਹੁਣ 2020 ਚੱਲਦਾ 10 'ਚ ਆ ਗਿਆ ਸੀ ਮੈਂ 10 ਸਾਲ ਥੋੜੇ ਨਹੀਂ ਹੁੰਦੇ ਇਹ ਚੀਜ਼ਾਂ ਸਿੱਖਣ ਵਾਸਤੇ ਬਹੁਤ ਹੁੰਦੇ ਆ ਤੇ ਇਹਨਾਂ ਨੇ ਮੇਰਾ ਨਾਲ ਨਹੀਂ 15 ਸਾਲ ਦਾ ਹੋ ਗਿਆ ਆਲਮੋਸਟ ਬੰਬੇ ਗਿਆ ਨੂੰ ਵੀ ਹਾਂ 15 ਹੋ ਗਏ ਪੂਰੇ 2005 'ਚ ਗਿਆ ਬਾਕੀ ਬਾਬਾ ਮੇਹਰ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੂੰ ਕਰ ਲੈ ਡਾਰਲਿੰਗ ਕੰਮ ਕਾਜ ਤੇ ਫਿਰ ਆ ਜਾ ਆਪਾਂ ਮਿਲਦੇ ਆ ਤੇ ਫਿਰ ਆ ਕੇ ਇਕੱਠੇ ਬਹਿ ਕੇ ਕਰਾਂਗੇ ਗੱਲਾਂ ਮਤਲਬ ਲਿਖ ਕੇ ਕਰਾਂਗੇ ਥੋੜੀਆਂ ਜਿਹੀਆਂ ਗੱਲਾਂ ਆਪਾਂ ਸਿਸਟਮ ਸੈੱਟ ਕਰਨੇ ਵਾਲਾ ਚਲੋ ਕਲਾਕਾਰ ਤਾਂ ਆਪਾਂ ਹੈ ਹੀ ਫਿਲਮਾਂ ਫੁਲਮਾਂ ਚੱਲ ਕਰਦੀ ਰਹਿਣਾ ਆਪਾਂ ਬਾਕੀ ਬਾਬਾ ਸੁੱਖ ਰੱਖੇ ਸੈਂਟਰ ਦੇ ਕੰਮ ਚੜ੍ਹਦੀ ਕਲਾ ਚ ਤੇ ਓਕੇ ਡਾਰਲਿੰਗ ਕਰ ਲੈ ਫਿਰ ਕੰਮ ਮਿਲਦੇ ਆ ਓਕੇ ਬਾਈ ਬਾਏ